ਕਾ ਦੋਸਤੋ ਸੇਂਟ ਸੋਲ ਦੇ ਟਾਈਮਸ ਤੋਂ ਮੈਂ ਹਾ ਕੋਮਲ ਔਰ ਰਾਜਸੀ ਪਹੁੰਚੇ ਹਾਂ ਜੀ ਜਲੰਧਰ ਦੇ ਨੇੜੇ ਰਾਮਾ ਮੰਡੀ ਦੇ ਨੇੜੇ ਜੋ ਖਾਸ ਇੱਕ ਪਿੰਡ ਹੈ ਪਿੰਡ ਦਕੋਆ ਅੱਜ ਅਸੀਂ ਦਰਸ਼ਨ ਕਰਨ ਲਈ ਪਹੁੰਚਿਆ ਉਸ ਖਾਸ ਧੀ ਰਾਣੀ ਦੇ ਜਿਸ ਨੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ ਸੋ ਇੱਕ ਧੀ ਨੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ਜੋ ਕਿ ਉਹਨਾਂ ਦੇ ਪਿਤਾ ਜੀ ਇੱਕ ਗਰੀਬ ਪਰਿਵਾਰ ਤੋਂ ਸਨ ਔਰ ਉਹਨਾਂ ਨੇ ਆਪਣੀ ਧੀ ਦਾ ਇੰਨਾ ਕ ਜਿਆਦਾ ਸਾਥ ਦਿੱਤਾ ਔਰ ਲਗਾਤਾਰ ਮਿਹਨਤ ਕਰਕੇ ਆਪਣੀ ਧੀ ਨੂੰ ਸਟੱਡੀ ਦੇ ਵਿੱਚ ਅੱਗੇ ਰੱਖਿਆ ਔਰ ਉਸ ਧੀ ਨੇ ਅੱਜ ਆਪਣੇ ਪਿਤਾ ਦਾ ਇੱਕ ਨਾਮ ਰੌਸ਼ਨ ਕੀਤਾ ਹੈ ਜੱਜ ਬਣ ਕੇ ਜੱਜ ਬਣਨਾ ਕੋਈ ਛੋਟੀ ਗੱਲ ਨਹੀਂ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੈ ਖਾਸ ਕਰਕੇ ਕਿਸੇ ਗਰੀਬ ਪਰਿਵਾਰ ਲਈ ਜ ਜਿਹੜਾ ਪਿਤਾ ਨੇ ਆਪਣੀ ਧੀ ਦਾ ਸਾਥ ਦਿੱਤਾ ਹੈ ਤੇ ਅੱਜ ਅਸੀਂ ਉਸੇ ਧੀ ਨਾਲ ਗੱਲਬਾਤ ਕਰਾਂਗੇ ਸੇਮ ਸੋਲਰ ਟਾਈਮਸ ਦੇ ਵਿੱਚ ਆਓ ਕਰਦੇ ਹਾਂ ਕੁਝ ਗੱਲਾਂ ਮੈਮ ਜਦੋਂ ਵੀ ਅਸੀਂ ਕੋਈ ਵਰਕ ਕਰਦੇ ਹਾਂ ਜਾਂ ਕੋਈ ਕੋਰਸ ਕਰਦੇ ਹਾਂ ਜਾਂ ਸਟੱਡੀ ਕਰਦੇ ਹਾਂ ਅਸੀਂ ਸਭ ਤੋਂ ਪਹਿਲੇ ਸਟੱਡੀ ਦੀ ਹੀ ਗੱਲ ਕਰਾਂਗੇ ਤੁਸੀਂ ਇਹ ਕੋਰਸ ਦੇ ਵਿੱਚ ਕਿਹੜੇ ਰੈਂਕ ਤੇ ਆਏ ਹੋ ਮੇਰਾ ਹਰਿਆਣਾ ਚ ਟੈਸਟੀ ਦੇ ਵਿੱਚ 36th ਰੈਂਕ ਆਇਆ ਹੈ ਜੀ 36 ਰੈਂਕ ਤੇ ਆਇਓ ਕਿੰਨੀ ਕੁ ਮਿਹਨਤ ਕੀਤੀ ਮਿਹਨਤ ਤਾਂ ਬਹੁਤ ਜ਼ਿਆਦਾ ਕਰਨੀ ਪਈ ਕਿਉਂਕਿ ਜਿਵੇਂ 2019 ਦੇ ਵਿੱਚ ਮੇਰੀ ਲੋ ਕੰਪਲੀਟ ਹੋਈ ਤਾਂ 5 ਸਾਲ ਕਾਲਜ ਜਦੋਂ ਪੜ੍ਹਦੇ ਸੀ ਉਹਦੇ ਨਾਲ-ਨਾਲ ਮੇਰਾ ਫੋਕਸ ਇਹ ਹੀ ਰਹਿੰਦਾ ਸੀ ਕਿ ਮੈਂ ਇਸ ਤਰੀਕੇ ਨਾਲ ਪੜਾ ਕੇ ਅੱਗੋਂ ਮੈਂ ਜੁਡੀਸ਼ਰੀ ਕਰਨੀ ਹੈ ਮੈਂ ਪਹਿਲੀ ਵਾਰ ਚ ਕਲੀਅਰ ਕਰ ਸਕਾਂ ਪਰ ਉਹ 5 ਸਾਲ ਦੀ ਮਿਹਨਤ ਤੋਂ ਇਲਾਵਾ ਵੀ ਮੈਨੂੰ ਬਾਅਦ ਦੇ ਵਿੱਚ 3 ਸਾਲ ਲੱਗ ਗਏ ਇਸ ਮੁਕਾਮ ਤੇ ਪਹੁੰਚਣ ਲਈ ਕਿਉਂਕਿ ਵਿੱਚ ਕਰੋਨਾ ਦਾ ਟਾਈਮ ਆ ਗਿਆ ਪਰ ਮੈਂ ਰੁਕੀ ਨਹੀਂ ਮੇਰੀ ਮਿਹਨਤ ਜਿਹੜੀ ਹੈ ਉਸ ਦੌਰਾਨ ਵੀ ਲਗਾਤਾਰ ਜਾਰੀ ਰਹੀ ਜੁਡੀਸ਼ਰੀ ਦੇ ਵਿੱਚ ਜਿਹੜੇ ਹੈ ਹਰ ਸਟੇਟ ਦਾ ਆਪਣਾ ਅਲੱਗ-ਅਲੱਗ ਐਗਜ਼ਾਮ ਹੁੰਦਾ ਹੈ ਪੰਜਾਬ ਜੁਡੀਸ਼ਰੀ ਹਰਿਆਣਾ ਜੁਡੀਸ਼ਰੀ ਤਾਂ ਇਹਦੇ ਵਿੱਚ ਤਿੰਨ ਸਟੇजेस ਹੁੰਦੀਆਂ ਨੇ ਸਭ ਤੋਂ ਪਹਿਲਾਂ ਪ੍ਰੀਲਿਮਸ ਐਗਜ਼ਾਮ ਉਸ ਤੋਂ ਬਾਅਦ ਉਹ ਇੱਕ ਕੁਆਲੀਫਾਈਂਗ ਐਗਜ਼ਾਮ ਹੁੰਦਾ ਜਿਹਦੇ ਮਾਰਕਸ ਜਿਹੜੇ ਅਕਾਊਂਟ ਨਹੀਂ ਹੁੰਦੇ ਅੱਗੇ ਮੇਨਸ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਉਂਦਾ ਮੇਨਸ ਐਗਜ਼ਾਮ ਜਿਹਦੇ ਵਿੱਚ ਪੰਜ ਪੇਪਰ ਹੁੰਦੇ ਨੇ ਪੰਜਾਬ ਹਰਿਆਣਾ ਦੇ ਵਿੱਚ ਉਹ ਪੇਪਰ ਜਿਹੜੇ 2 200 ਮਾਰਕਸ ਦੇ ਹੁੰਦੇ ਨੇ ਸਿਵਲ 1 ਸਿਵਲ 2 ਕ੍ਰਿਮੀਨਲ ਲਾਅ ਦੈਨ ਲੈਂਗੁਏਜ ਪੇਪਰ ਇੰਗਲਿਸ਼ ਐਂਡ ਪੰਜਾਬ ਦੇ ਵਿੱਚ ਪੰਜਾਬੀ ਤੇ ਹਰ ਉਹਦੇ ਵਿੱਚ 50% ਮਾਰਕਸ ਜਿਹੜੇ ਬੱਚੇ ਨੂੰ ਲੈਨੇ ਪੈਂਦੇ ਨੇ 50% ਕੁਆਲੀਫਾਈ ਕਰਨ ਤੋਂ ਬਾਅਦ ਪਰਸਨ ਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ ਦੈਨ ਇੰਟਰਵਿਊ ਕਲੀਅਰ ਕਰਨ ਤੋਂ ਬਾਅਦ ਤਿੰਨ ਸਟੇजेस ਸਟੇਜਾਂ ਪਾਰ ਕਰਕੇ ਬੰਦਾ ਫਾਈਨਲੀ ਜਿਹੜਾ ਹੈ ਉਹ ਜੱਜ ਲੱਗਦਾ ਹੈ ਜੀ ਸੋ ਮਾਪੇ ਕਹਿੰਦੇ ਜੱਜ ਲੱਗਣਾ ਵੀ ਧੀ ਰਾਣੀ ਜੱਜ ਲੱਗ ਚੁੱਕੀ ਹੈ ਅਸੀਂ ਗੱਲ ਕਰਾਂਗੇ ਮੈਮ ਹੋਣਾ ਦੇ ਨਾਲ ਕਿ ਜਲੰਧਰ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਾਲਜ ਨੇ ਸੇਂਟ ਸੋਲਜਰ ਹੀ ਕਿਉਂ ਚੁਣਿਆ ਸੇਂਟ ਸੋਲજર ਚੁਣਨ ਦੇ ਇੱਕ ਰੀਜ਼ਨ ਨਹੀਂ ਹੈ ਤੇ ਦੋ ਤਿੰਨ ਰੀਜ਼ਨ ਹੈ ਪਹਿਲਾ ਤਾਂ ਮੇਰੇ ਪਾਪਾ ਦਾ ਜਿਹੜਾ ਕਾਰੋਬਾਰ ਹੈ ਉਹ ਇੰਨਾ ਚੰਗਾ ਨਹੀਂ ਸੀ ਉਸ ਟਾਈਮ ਤੇ ਜਿਸ ਟਾਈਮ ਮੈਂ ਪਲੱਸ 2 ਕੀਤੀ ਕਿ ਉਹ ਮੈਨੂੰ ਮਤਲਬ ਮੇਰੀ ਸਟੱਡੀ ਦਾ ਸਾਰਾ ਖਰਚਾ ਜਿਹੜਾ ਉਹ ਚੁੱਕ ਸੁੱਕ ਸਕਨ ਤਾਂ ਸੇਂਟ ਸੋਲજર ਵੱਲੋਂ ਮੈਨੂੰ ਕੁਝ ਸਕਾਲਰਸ਼ਿਪ ਵੀ ਮਿਲੀ ਐਂਡ ਸੈਕੰਡਲੀ ਇੱਕ ਮਤਲਬ ਸਿਗੇ ਸਾਡੇ ਕੋਈ ਲਖਨ ਕਲਾ ਪੇਂਟ ਦੇ ਵਿੱਚ ਜਿਨ੍ਹਾਂ ਨੇ ਮੇਰੀ ਸਟੱਡੀ ਨੂੰ ਸਪான்ਸਰ ਕੀਤਾ ਤੇ ਮੇਰੀ 5 ਸਾਲ ਦੀ ਮਤਲਬ ਮੈਨੂੰ ਕਦੀ ਕਮੀ ਨਹੀਂ ਆਣ ਦਿੱਤੀ ਮੇਰੀ ਐਗਜ਼ਾਮੀਨੇਸ਼ਨ ਫੀਸ ਵਗੈਰਾ ਪੇ ਕਰਦੇ ਰਹੇ ਤਾਂ ਉਦੋਂ ਉਸ ਟਾਈਮ ਲਈ ਮੇਰੇ ਮੇਰੇ ਲਈ ਬਹੁਤ ਖੁਸ਼ੀ ਦਾ ਪਾਲ ਸੀਗਾ ਕਿ ਸਾਨੂੰ ਕਾਲਜ ਵੱਲੋਂ ਇੰਨੀ ਸਪੋਰਟ ਮਿਲ ਰਹੀ ਹੈ ਤੇ ਮੇਰੀ ਸਟੱਡੀ ਜਿਹੜੀ ਉਹ ਹੋ ਰਹੀ ਹੈ ਸੈਕਿੰਡਲੀ ਜਦੋਂ ਮੈਂ ਪਲੱਸ 2 ਕਰਨ ਤੋਂ ਬਾਅਦ ਨੇਟ ਤੇ ਸਰਚ ਕੀਤਾ ਕਿ ਬੈਸਟ ਲੋਕ ਕਾਲਜ ਤਾਂ ਉਹਦੇ ਵਿੱਚ ਵੀ ਸੈਂਟ ਸੋਲਜਰ ਦਾ ਨਾਮ ਜਿਹੜਾ ਸੀ ਉਹ ਸਭ ਤੋਂ ਉੱਪਰ ਆਂਦਾ ਸੀ ਤਾਂ ਮੈਨੂੰ ਕੋਈ ਪਛਤਾਵਾ ਨਹੀਂ ਸੀ ਕਿ ਮੈਂ ਮਜਬੂਰੀ ਦੇ ਵਿੱਚ ਇਸ ਕਾਲਜ ਦੇ ਵਿੱਚ ਆਈ ਹਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਜਦੋਂ ਮੈਂ ਇਸ ਕਾਲਜ ਦੇ ਵਿੱਚ ਐਡਮਿਸ਼ਨ ਲਈ ਤੇ ਕਾਲਜ ਦੇ ਵਿੱਚ ਜਾ ਕੇ ਬੱਚਿਆਂ ਦਾ ਜਿਹੜੇ ਟਾਪਰ ਲਿਸਟ ਦੇ ਵਿੱਚ ਨਾਮ ਦੇਖੇ ਕਿ ਇੱਥੋਂ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਯੂਨੀਵਰਸਿਟੀ ਟੌਪ ਕਰ ਵਾਨ ਗਿਆ ਕਿ ਮੈਂ ਯੂਨੀਵਰਸਿਟੀ ਟੌਪ ਕਰਨਾ ਹੈ 골ਡ ਮੈਡਲ ਲੈਣਾ ਹੈ ਤੇ ਉਸ ਤੋਂ ਬਾਅਦ ਜੱਜ ਬਣਨਾ ਹੈ ਜੀ ਸੋ ਜੱਜ ਤੁਸੀਂ ਬਣ ਚੁੱਕੇ ਹੋ ਸਿਆਣੇ ਕਹਿੰਦੇ ਨੇ ਕਿ ਇੱਕ ਤੁਹਾਡੀ ਲਾਈਫ ਦਾ ਟੀਚਾ ਹੁੰਦਾ ਹੈ ਜੋ ਤੁਸੀਂ ਮਿੱਥਦੇ ਹੋ ਤੇ ਉਸ ਨੂੰ ਕੰਪਲੀਟ ਕਰਦੇ ਹੋ ਤੇ ਬਹੁਤ ਜ਼ਿਆਦਾ ਖੁਸ਼ੀ ਪ੍ਰਾਪਤ ਹੁੰਦੀ ਹੈ ਕਿਹੜੇ ਕਿਹੜੇ ਟੀਚੇ ਦਾ ਖਾਸ ਸਹਿਯੋਗ ਰਿਹਾ ਸਾਰੇ ਟੀਚਰਸ ਨੇ ਮੈਨੂੰ ਬਹੁਤ ਸਪੋਰਟ ਕੀਤਾ ਅਗਰ ਮੈਂ ਗੱਲ ਕਰਾਂ ਸਭ ਤੋਂ ਪਹਿਲਾ ਜਿਸ ਦਿਨ ਮੈਂ ਕਾਲਜ ਐਡਮਿਸ਼ਨ ਕਰਾਨ ਗਈ ਸੀ ਤਾਂ ਸ਼ਰਮਾ ਸਰ ਨੇ ਜਦੋਂ ਮੇਰੇ ਮਾਰਕਸ ਦੇਖੇ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਐਡਮਿਸ਼ਨ ਜਦੋਂ ਕਿ ਇੰਨਾ ਅੱਛਾ ਬੱਚਾ ਚਿਹੜਾ ਹੈ ਉਹ ਸਾਡੇ ਕਾਲਜ ਦੇ ਵਿੱਚ ਆ ਰਿਹਾ ਹੈ ਜੋ ਸਾਡੇ ਕਾਲਜ ਦਾ ਨਾਮ ਰੋਸ਼ਨ ਕਰੇਗਾ ਤੇ ਸ਼ਰਮਾ ਸਾਹਿਬ ਨਾਲੋਂ ਤਾਂ ਹਰ ਵੰਸਰ ਬੈਠੇ ਸੀਗੇ ਔਰ ਹੁਣ ਇਸ ਟਾਈਮ ਕਾਲਜ ਦੇ ਵਿੱਚ ਨਹੀਂ ਪੜ੍ਹਾਉਂਦੇ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਉਸ ਟਾਈਮ ਸਹਿਯੋਗ ਮਿਲਿਆ ਥੈਨ ਰਿੰਕਾ ਮੈਡਮ ਚਿਹੜਾ ਇਹ ਰਿੰਕਾ मैम ਨੇ ਮੈਨੂੰ ਜ਼ਬਰਦਸਤੀ ਕਹਿਨਾ ਕਿ ਤੂੰ ਪੋਇ ਸਿਪੇਟ ਕਰਾਇਆ ਜਿਹਦਾ ਮੈਨੂੰ ਇਹ ਫਾਇਦਾ ਹੋਇਆ ਕਿ ਅੱਜ ਮੈਂ ਇੱਥੇ ਮਤਲਬ ਬੋਲ ਪਾ ਰਹੀ ਆ ਮੇਰੇ ਜਿਹੜਾ ਬੋਲਣ ਦਾ ਚੱਕ ਆ ਉਹ ਯੂਨੀਵਰਸਿਟੀ ਲੈਵਲ ਤੱਕ ਮੈਂ ਬੋਲਦੀ ਰਹੀ ਆ ਤਾਂ ਉਹ ਰਿੰਕਾ मैम ਦੀ ਵਜ੍ਹਾ ਨਾਲ ਖੁੱਲਿਆ ਉਸ ਤੋਂ ਬਾਅਦ ਮੋਨਿਕਾ मैम ਆ ਜਾਂਦੇ ਨੇ ਮੋਨਿਕਾ मैम ਨੇ ਤਾਂ ਹਮੇਸ਼ਾ ਮੈਨੂੰ ਪੜ੍ਹਾਈ ਲਈ ਪ੍ਰੇਰਿਤ ਕੀਤਾ ਮੈਮ ਸਾਨੂੰ ਪੜ੍ਹਾਉਂਦੇ ਨਹੀਂ ਸੀ ਪਰ ਮੋਨਿਕਾ मैम ਨੂੰ ਪਤਾ ਸੀ ਕਿ ਇਹ ਕੁੜੀ ਵਿੱਚ ਕੁਝ ਤਾਂ ਗੱਲ ਹੈ ਤਾਂ ਮੈਮ ਨੇ ਮੈਨੂੰ ਕਹਿਣਾ ਕਿ ਇਸ ਵਾਰ ਤਾਂ ਯੂਨੀਵਰਸਿਟੀ ਫਰਸਟ ਹੀ ਆਣੀ ਚਾਹੀਦੀ ਹੈ ਤੇਰੀ ਸੈਕਿੰਡ ਪੋਜੀਸ਼ਨ ਆਈ ਤਾਂ ਮੈਂ ਤੈਨੂੰ ਬੁਲਾਉਣਾ ਨਹੀਂ ਤਾਂ ਉਹ ਜਿਹੜੀ ਉਹਨਾਂ ਦੀ ਪ੍ਰੇ ਸੈਕਿੰਡ ਆਗੀਤਾ ਟੀਚਰਸ ਮੇਰੇ ਤੋਂ ਨਰਾਜ਼ ਹੋ ਜਾਣਗੇ ਤਾਂ ਉਹਨਾਂ ਦੀ ਐਕਸਪੈਕਟੇਸ਼ਨਸ ਪੂਰੀਆ ਕਰਦੀ ਕਰਦੀ ਆਪਣੇ ਪੇਰੈਂਟਸ ਦੇ ਕਰਦੀ ਕਰਦੀ ਮਤਲਬ ਮੈਂ ਮਿਹਨਤ ਆਪਣੀ ਚਾਰੀ ਰੱਖੀ ਇਸ ਤੋਂ ਇਲਾਵਾ ਸਾਡੇ ਕਾਲਜ ਦੇ ਵਿੱਚ ਇੱਕ ਬਲਵਿੰਦਰ ਮੈਮ ਸੀ ਜਿਹੜੇ ਫੈਮਲੀ ਲੋ ਪੜ੍ਹਾਉਂਦੇ ਸੀ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਰਿਹਾ ਵਿਨੋਦ ਸਰ ਵਿਨੋਦ ਸਰ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਮੈਨੂੰ ਅੱਜ ਵੀ ਯਾਦ ਹੈ ਸਰ ਸਾਨੂੰ 3rd ਸੈਮੈਸਟਰ ਦੇ ਵਿੱਚ ਇੰਟਰਨੈਸ਼ਨਲ ਲੋ ਪੜ੍ਹਾਉਂਦੇ ਸੀ ਤੇ ਸਾਡੇ ਜਿਹੜੇ ਕਾਲਜ ਐਮਐਸਸੀ ਹੁੰਦੇ ਸੀ ਸਾਡੇ ਨੇ ਜਦੋਂ ਪਹਿਲੀ ਵਾਰ ਮੇਰਾ ਪੇਪਰ ਚੈੱਕ ਕੀਤਾ ਤਾਂ ਸਰ ਨੇ ਮੈਨੂੰ ਕਿਹਾ ਕਿ ਬੇਟਾ ਤੁਸੀਂ ਜੁਡੀ ਸਰਦਿਓ ਗੱਲ ਮੈਨੂੰ ਯਾਦ ਹੈ ਅੱਜ ਵੀ ਕਿ ਸਰ ਨੇ ਮੈਨੂੰ ਉਦੋਂ ਇਹ ਕਿਹਾ ਮੇਰੇ ਅੰਦਰ ਜੋ ਚੀਜ਼ ਸੀ ਉਹਨੂੰ ਟੀਚਰਸ ਨੇ ਪਛਾਣਿਆ ਤੇ ਤਾਂ ਹੀ ਮੈਂ ਕਰ ਪਾਈ ਹਾਂ ਸਭ ਕੁਝ ਸੋ ਕਹਿੰਦੇ ਹੁੰਦੇ ਨੇ ਕਿ ਨਾ ਉਮੀਦੀ ਤੋਂ ਚੰਗਾ ਹੈ ਕਿਉਂ ਤੁਸੀਂ ਬੈਨਿਓ ਹਾਰ ਕੇ ਉਗਣ ਵਾਲੇ ਉਗ ਜਾਂਦੇ ਨੇ ਪੱਥਰ ਦਾ ਸੀਨਾ ਪਾੜ ਕੇ ਸੋ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਮੁਸ਼ਕਤ ਕੀਤੀ ਹੈ ਉਹ ਗਿਆ ਹੀ ਜਾਂਦੇ ਨੇ ਸੋ ਮਿਹਨਤ ਹੀ ਸੇੜਚੜ ਬੋਲਦੀ ਹੈ ਔਰ ਪਰਿਵਾਰ ਦੇ ਸੰਸਕਾਰ ਦਿੱਤੇ ਬੱਚਿਆਂ ਦੇ ਵਿੱਚ ਉਹ ਸੰਸਕਾਰ ਬੋਲੇ ਜਾਂਦੇ ਨੇ ਦਿਖਦੇ ਨੇ ਕਿ ਬੱਚਿਆਂ ਨੇ ਵਾਕਈ ਚ ਕਿੰਨੀ ਮਿਹਨਤ ਕੀਤੀ ਹੈ ਕੁਝ ਹੋਰ ਜਾਨਣਾ ਹੈ ਮੈਮ ਹੋਣਾ ਤੋਂ ਉਹਨਾਂ ਦੀ ਲਾਈਵ ਬਾਰੇ ਸੋਚਿਆ ਸੀ ਕਿ ਜੱਜ ਹੀ ਬਣਨਾ ਹੈ ਜਾਂ ਕੁਝ ਹੋਰ अच्छा तो मैं प्लस 1 ਦੇ ਵਿੱਚ ਕਾਮਰਸ ਰੱਖੀ ਸੀ ਉਦੋਂ ਮੇਰਾ ਥੋੜਾ ਇੰਟਰਸਟ ਸੀ ਇਹ ਕਰਨ ਵਾਲਾ ਸੀਗਾ ਤੇ ਬਟ ਮਤਲਬ ਉਹਦਾ ਜੋ ਮੈਂ ਇਹਦੇ ਬਾਰੇ ਉਹਦਾ ਨਾ ਸਰਚ ਨਹੀਂ ਕੀਤਾ ਜਦੋਂ ਪਾਪਾ ਨੇ ਕਹਿਤਾ ਕਿ ਨਹੀਂ ਆਪਾਂ ਮਤਲਬ ਵਕਾਲਤ ਕਰਨੀ ਹੈ ਲੋ ਜਿਆਦਾ ਬੈਟਰ ਹੈ ਤਾਂ ਫਿਰ ਜਦੋਂ ਪਲਸ 2 ਤੋਂ ਬਾਅਦ ਸਾਰੇ ਕਾਲਜ ਜਿੰਨੇ ਵੀ ਸਰਚ ਕੀਤੇ ਲੋ ਦੇ ਕੀਤੇ ਤਾਂ ਉਦੋਂ ਮੈਂ ਪਾਪਾ ਨੂੰ ਉਦੋਂ ਹੀ ਕਹਿਤਾ ਸੀ ਕਿ ਪਾਪਾ ਲੋ ਤਾਂ ਮੈਂ ਕਰ ਲੂੰਗੀ ਪਰ ਮੇਰੇ ਤੋਂ ਪ੍ਰੈਕਟਿਸ ਨਹੀਂ ਹੋਣੀ ਮਤਲਬ ਮੈਂ ਇਹ ਸੋਚ ਲਿਆ ਸੀ ਕਿ ਜੱਜ ਬੰਨਣਾ ਹੈ ਪਰ ਉਹਦੇ ਲਈ ਇੰਨਾ ਇੰਨਾ ਪੜ੍ਹਨਾ ਪੈਂਦਾ ਇਹ ਮੈਨੂੰ ਨਹੀਂ ਪਤਾ ਸੀ ਮੈਂ ਕਿਹਾ ਚਲੋ 5 ਸਾਲ ਮਿਹਨਤ ਕਰਾਂਗੇ ਪਹਿਲੀ ਵਾਰ ਜੇ ਪੇਪਰ ਨਿਕਲੇਗਾ ਗਈ ਫਿਰ ਮੈਨੂੰ ਪਤਾ ਲੱਗਾ ਕਿ ਤਿੰਨ ਸਟੇਜਿਸ ਹੁੰਦੀ ਹੈ ਇਦਾਂ ਦਾ ਪੇਪਰ ਕਲੀਅਰ ਕਰਨਾ ਪੈਂਦਾ ਹੈ ਇਹ ਪੜ੍ਹਾਈ ਕਰਨੀ ਪੈਂਦੀ ਹੈ ਤਾਂ ਬਸ ਪਹਿਲੇ ਸਾਲ ਤੋਂ ਮੈਂ ਜੁੱਟ ਗਈ ਸੀ ਉਹਦੇ ਵਿੱਚ ਤਾਂ ਬਾਅਦ ਵਿੱਚ ਵੀ ਮਤਲਬ ਮੈਂ ਲੱਗੀ ਰਹੀ ਜਦੋਂ ਤੱਕ ਪੇਪਰ ਨਹੀਂ ਨਿਕਲਿਆ ਮੈਂ ਕਾਰ ਨਹੀਂ ਲਿਆ ਜੀ ਤੇ ਤੁਸੀਂ ਫਾਦਰ ਸਾਹਿਬ ਦੀ ਗੱਲ ਕੀਤੀ ਫੈਮਿਲੀ ਵਿੱਚ ਕੌਣ-ਕੌਣ ਨੇ ਕਿੰਨੇ ਫੈਮਿਲੀ ਮੈਂਬਰ ਨੇ ਮੇਰੀ ਫੈਮਿਲੀ ਦੇ ਵਿੱਚ ਮੇਰੇ ਪਾਪਾ ਮੰਮਾ ਮੇਰੀ ਸਿਸਟਰ ਜਿਹੜੀ ਉਹ ਮੈਰਿਡ ਹੈ ਐਂਡ ਮੇਰਾ ਬ੍ਰਦਰ ਛੋਟਾ ਹੈ ਮੇਰ ਤੋਂ ਤੇ ਮੈਂ ਅੱਛਾ ਛੋਟੇ ਬ੍ਰਦਰ ਤੋਂ ਲੈ ਕੇ ਜੇ ਗੱਲ ਕਰੀਏ ਘਰ ਦੇ ਵਿੱਚ ਜਦੋਂ ਚੋਲ ਮੁਲ ਹੁੰਦੀ ਹੈ ਕਿਉਂਕਿ ਵੱਡੇ ਦੀਦੀ ਮੈਰਿਡ ਨੇ ਖੁਦ ਦੱਸਦੇ ਨੇ ਤੇ ਘਰ ਦੇ ਵਿੱਚ ਅਸੀਂ ਮਾਹੌਲ ਦੇਖਣਾ ਕਿ ਇਹਨਾਂ ਦਾ ਬ੍ਰਦਰ ਦੇ ਨਾਲ ਕਿੰਨਾ ਕੁ ਪਿਆਰ ਹੈ ਕਿਉਂਕਿ ਕਹਿੰਦੇ ਨੇ ਕਿ ਜਿਹੜਾ ਛੋਟਾ ਬ੍ਰਦਰ ਹੁੰਦਾ ਬਹੁਤ ਜ਼ਿਆਦਾ ਰੋਪ ਆਉਂਦਾ ਹੈ ਹੁਣ ਤਾਂ ਮੈਡਮ ਜੱਜ ਲੱਗੇ ਨੇ ਜੱਜ ਸਾਹਿਬ ਦਾ ਰੋਬ ਹੈ ਕਿ ਅਜੇ ਵੀ ਉਹਨਾਂ ਦਾ ਰੋਬ ਹੈ ਕਿੱਦਾਂ ਦਾ ਫੈਮਿਲੀ ਚ ਰਵਈਆ ਮਤਲਬ ਉਹ ਤਾਂ ਜਿਹੜਾ ਮੇਰਾ ਛੋਟਾ ਬ੍ਰਦਰ ਇਹੀ ਕਹਿੰਦਾ ਕਿ ਜੱਜ ਤੁਸੀਂ ਹੋਵੋਗੇ ਮੇਰੇ ਲਈ ਤਾਂ ਤੁਸੀਂ ਮੇਰੀ ਭੈਣ ਹੀ ਰਹਿਣਾ ਮੈਂ ਤਾਂ ਹਮੇਸ਼ਾ ਪੰਗੇ ਲੈਂਦਾ ਰਹਿ ਇਸ ਮੇਲੇ ਮੈਂ ਚਾਹੁੰਦੀ ਆ ਮਮੀ ਪਾਪਾ ਦੀ ਛੇੜਕਾ ਮੈਨੂੰ ਉਦਾਂ ਹੀ ਪੈਂਦੀ ਆ ਰਹਿਣ ਜਿੱਦਾਂ ਉਹ ਪਹਿਲੇ ਸੀਗੇ ਤਾਂ ਮੈਨੂੰ ਵਧੀਆ ਲੱਗਦਾ ਸੋ ਕੀ ਕਹਿਣਾ ਚਾਹੋਗੇ ਖਾਸ ਕਰਕੇ ਜਦੋਂ ਤੁਸੀਂ ਇਹ ਤੁਹਾਨੂੰ ਪਤਾ ਲੱਗਿਆ ਤੁਹਾਡੇ ਰਿਜ਼ਲਟ ਬਾਰੇ ਕਿ ਤੁਸੀਂ ਜੱਜ ਬਣੇ ਹੋ ਜਾਂ ਆਜ਼ਾਦੀ ਪੋਸਟ ਤੁਹਾਨੂੰ ਮਿਲੀ ਹੈ ਤੇ ਕਿਦਾਂ ਦਾ ਮਾਹੌਲ ਸੀ ਪਰਿਵਾਰ ਦਾ ਮਾਹੌਲ ਉਹ ਮਤਲਬ ਸ਼ਬਦਾਂ ਚ ਬਿਆਨ ਕਰਨ ਵਾਲਾ ਨਹੀਂ ਕਿਉਂਕਿ ਉਹ ਖੁਸ਼ੀ ਜਿਹੜੀ ਹੈ ਉਹ ਮੈਂ ਉਦਾਂ ਦੀ ਪਹਿਲੀ ਵਾਰ ਮਹਿਸੂਸ ਕੀਤੀ ਹੈ ਮੇਰੇ ਪੇਰੈਂਟਸ ਦੀ ਅੱਖਾਂ ਵਿੱਚ ਮੈਂ ਉਹ ਪਹਿਲੀ ਵਾਰ ਦੇਖੀ ਕਿਉਂਕਿ 2004 ਤੋਂ ਲੈ ਕੇ ਮੇਰੇ ਪਾਪਾ ਦਾ ਜਿਹੜਾ ਕਾਰੋਬਾਰ ਹੈ ਕੁਝ ਬਹੁਤਾ ਚੰਗਾ ਨਹੀਂ ਸੀ ਅਸੀਂ ਆਪਣੀ ਲਾਈਫ ਦੇ 18 ਸਾਲ ਜਿਹੜੇ ਬਹੁਤ ਜ਼ਿਆਦਾ ਤੰਗੀ ਦੇ ਵਿੱਚ ਕੱਟੇ ਤਾਂ ਮਤਲਬ ਮੇਰੇ ਪੇਰੈਂਟਸ ਦੀ ਅੱਖਾਂ 'ਚ ਇੱਕੋ ਉਮੀਦ ਸੀ ਕਿ ਇਹ ਜਾਜ ਬਣ ਜੇਗੀ ਅੱਛੇ ਮਤਲਬ ਪੋਸਟ ਤੇ ਸੈਟਲ ਹੋ ਜਾਏਗੀ ਤਾਂ ਸਾਡੀ ਫੈਮਲੀ ਦੇ ਹਾਲਾਤ ਵੀ ਸੁਧਰ ਜਾਣਗੇ ਤੇ ਜੋ ਮਤਲਬ ਸਾਨੂੰ ਲੋਕਾਂ ਦਿਆ ਗੱਲਾਂ ਸੁਣਨੀਆਂ ਪਈਆਂ ਉਹ ਵੀ ਸਭ ਕੁ ਦੇਖਿਆ ਉਹਦੇ ਵਿੱਚ ਮਤਲਬ ਮੇਰੇ ਮੰਮਾ ਹੀ ਮੇਰੇ ਕੋਲ ਸੀਗੇ ਤਾਂ ਮੰਮਾ ਪਾਠ ਕਰ ਰਹੇ ਸੀ ਮੂਹ ਦੇ ਵਿੱਚ ਜਦੋਂ ਮੈਂ ਫਾਈਨਲ ਦੱਸਿਆ ਕਿ ਮੰਮਾ ਮੇਰਾ ਨਾਮ ਆ ਗਿਆ ਤਾਂ ਮੰਮਾ ਮੈਨੂੰ ਹੱਗ ਕੀਤੀ ਮੰਮਾ ਨੇ ਤਾਂ ਪਾਪਾ ਆ ਗਏ ਪਾਪਾ ਨੂੰ ਦੱਸਿਆ ਤਾਂ ਪਾਪਾ ਨੇ ਬਹੁਤ ਜ਼ਿਆਦਾ ਮਾਣ ਮਹਿਸੂਸ ਕੀਤਾ ਗਲੇ ਲਗਾਇਆ ਤਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਪਲ ਸੀਗਾ ਸੋ ਜਸਮੀਤ ਮੈਂ ਮੈਂ ਗੱਲ ਜ਼ਰੂਰ ਪੁੱਛਣਾ ਚਾਹਾਂਗੀ ਕਿਉਂਕਿ ਅਸੀਂ ਜ਼ਿੰਦਗੀ ਜਦੋਂ ਕੋਈ ਟੀਚਰ ਮਿੱਤਦੇ ਆਂ ਤੇ ਕੁਝ ਵੀ ਕੋਈ ਵਰਕ ਕਰਦੇ ਆਂ ਉਹਦੇ ਵਿੱਚ ਚੌਂਕੜਾ ਬਹੁਤ ਆਉਂਦੀਆਂ ਨੇ ਕਿੰਨੀਆਂ ਕੌਂਗੜਾਈਆਂ ਉਹਨ ਕਰਾ ਤਾਂ ਮੈਡਮ ਬਹੁਤ ਜ਼ਿਆਦਾ ਆਈਆ ਅਗਰ ਮੈਂ ਗੱਲ ਕਰਾਂ ਕਿਉਂਕਿ ਜਿਹੜੀ ਸਭ ਤੋਂ ਜ਼ਿਆਦਾ ਪ੍ਰੋਬਲਮ ਮੈਂ ਫੇਸ ਕੀਤੀ ਉਹ ਫਾਈਨੈਂਸ਼ੀਅਲ ਇਸ਼ੂਸ ਨੇ ਕਰੋਨਾ ਦੇ ਵਿੱਚ ਜਿਵੇਂ ਕੰਮ ਬੰਦ ਸੀਗੇ ਤਾਂ ਪਾਪਾ ਦਾ ਵੀ ਕੋਈ ਇੰਨਾ ਖਾਸ ਕੰਮ ਨਹੀਂ ਸੀ ਪਾਪਾ ਫੇਰ ਹੀ ਤੇ ਜਾਣਦੇ ਸੀ ਤੇ ਕਈ ਵਾਰ ਕੋਈ ਦਿਨ ਇਦਾਂ ਵੀ ਹੁੰਦਾ ਸੀ ਵੀ ਮਤਲਬ ਕੋਈ ਬੋਨੀ ਵੀ ਨਹੀਂ ਹੋਣੀ ਤਾਂ ਉੱਥੋਂ ਮੈਨੂੰ ਹੋਰ ਜ਼ਿਆਦਾ ਹਿੰਮਤ ਮਿਲਦੀ ਸੀ ਕਿ ਮੈਂ ਪੜ੍ਹਨਾ ਹੈ ਪਰ ਜੋ ਵੀ ਪ੍ਰੋਬਲਮਸ ਆਈਆ ਜੋ ਕੁਝ ਵੀ ਹੁੰਦਾ ਰਿਹਾ ਚੰਡੀਗੜ੍ਹ ਵੀ ਮੈਂ ਰਹੀ ਆ ਤਾਂ ਕਰੋਨਾ ਤੋਂ ਬਾਅਦ ਮੈਨੂੰ ਘਰ ਹੀ ਆਪਣੀ ਪੜ੍ਹਾਈ ਜਿਹੜੀ ਉਹ ਕੰਟੀਨਿਊ ਰੱਖਣੀ ਪਈ ਮੈਂ ਕਦੀ ਵੀ ਆਪਣੀ ਪੜ੍ਹ ਮੈਂ ਦਾ ਟਾਰਗੇਟ ਬਣਾਇਆ ਹੁੰਦਾ ਸੀ ਕਿ ਮੈਂ ਇੱਕ ਦਿਨ ਵਿੱਚ ਇਹ ਸਬਜੈਕਟ ਪੜ੍ਹਨਾ ਹੈ ਇਹ ਸਭ ਪੜ੍ਹਨਾ ਹੈ ਤਾਂ ਮੈਂ ਉਹਨੂੰ ਕਦੇ ਵੀ ਪਿੱਛੇ ਨਹੀਂ ਪੈਣ ਦਿੱਤਾ ਤੇ ਦੂਸਰਾ ਮਤਲਬ ਮੈਂ ਇਹ ਕਹੂੰਗੀ ਕਿ ਕਾਲਜ ਤੇ ਜਿਹੜੀ ਸਟੱਡੀ ਸੀਗੀ ਜੋ ਮੈਂ ਉਸ ਦੌਰਾਨ ਪੜਿਆ ਸੀ ਮੇਰਾ ਬੇਸ ਅੱਛਾ ਬਣਿਆ ਸੀ ਤਾਂ ਉਹਨੇ ਵੀ ਮੈਨੂੰ ਬਹੁਤ ਜ਼ਿਆਦਾ ਹੈਲਪ ਕੀਤੀ ਮੇਰਾ ਫਰਸਟ ਅਟੈਂਪਟ ਦੇ ਵਿੱਚ ਪੇਪਰ ਜਿਹੜਾ ਉਹ ਨਿਕਲਿਆ ਤੇ ਹੋਰ ਖਾਸ ਕੀ ਕਹਿਣਾ ਚਾਹੋਗੇ ਸੇਂਟ ਸੋਲਜਰ ਕਾਲਜ ਬਾਰੇ ਸੇਂਟ ਸੋਲਜਰ ਕਾਲਜ ਬਾਰੇ ਮਤਲਬ ਉਹ ਕਾਲਜ ਦੇ ਨਾਲ ਤਾਂ ਇੱਕ ਵੱਖਰੀ ਅਟੈਚਮੈਂਟ ਹੈ ਜਿਹਦੇ ਬਾਰੇ ਮੈਂ ਬਿਆਨ ਨਹੀਂ ਕਰ ਸਕਦੀ ਕਿਉਂਕਿ ਜਦੋਂ ਕਾਲਜ ਦੇ ਵਿੱਚ ਫਰਸਟ ইয়ার ਦੇ ਵਿੱਚ ਗਈ ਨਾ ਤਾਂ ਬਹੁਤ ਹੀ ਜ਼ਿਆਦਾ ਇੱਕ ਟੀਚਰਸ ਦੇ ਨਾਲ ਇੱਕ ਆਪਣਾ ਪੰਜਿਆ ਸੀਗਾ ਕਿ ਕਿਉਂਕਿ ਮੈਂ ਕਿਸੇ ਕਾਲਜ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਦੇਖਿਆ ਮੈਂ ਪਹਿਲੇ ਪਲੱਸ 1 ਪਲੱਸ 2 ਵੀ ਕਾਲਸਾ ਕਾਲਜ ਤੋਂ ਕੀਤੀ ਹੈ ਮਤਲਬ ਕਿ ਟੀਚਰਸ ਨੂੰ ਇੰਨਾ ਜ਼ਿਆਦਾ ਹੋਵੇ ਕਿ ਸਾਡਾ ਬੱਚਾ ਆਵੇ ਮਤਲਬ ਇੱਕ ਪਰਸਨਲੀ ਆਪਣਾ ਬੱਚਾ ਸਮਝ ਕੇ ਉਹ ਸਾਨੂੰ ਮੋਟੀਵੇਟ ਸਪੋਰਟ ਕਰਦੇ ਸੀ ਦੂਸਰੀ ਗੱਲ ਜਦੋਂ ਫਰਸਟ ইয়ার ਦੇ ਵਿੱਚ ਗਈ ਤਾਂ ਇੱਕ ਮੈਨੂੰ ਪਤਾ ਲੱਗਿਆ ਵੀ ਇੱਥੇ ਜੁਡੀਸ਼ ਮਤਲਬ ਅਲੱਗ-ਅਲੱਗ ਚੀਜ਼ਾਂ ਦੇ ਕ ਸ਼ਿਸ਼ਟ ਕਲੱਬ ਤਾਂ ਟੀਚਰਸ ਨੇ ਕਿਹਾ ਤੁਸੀਂ ਆਪਣਾ ਨਾਮ ਦੱਸੋ ਕਿਦਰ ਲਿਖਵਾਉਣਾ ਚਾਹੁੰਦੇ ਹੋ ਅਗੋਂ ਕੀ ਬੰਨਣਾ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਲੱਗਦਾ ਸੀਗਾ ਕਿ ਇਹ ਕਲੱਬ ਤਾਂ ਟਾਈਮ ਪਾਸ ਹੈ ਵੀ ਇਹਨਾਂ ਨੇ ਸਾਨੂੰ ਬਾਹਰ ਨਹੀਂ ਜਾਣ ਦੇਣਾ ਤਾਂ ਕਿਸੇ ਕਲਾਸ 'ਚ ਬਹਿ ਜਾਓ ਕਦੀ ਕਿਸੇ 'ਚ ਵੜ ਜਾਣਾ ਕਦੀ ਕਿਸੇ 'ਚ ਪਰ ਮੈਨੂੰ ਸੀਗਾ ਕਿ ਜੇ ਮੈਂ 1 ਘੰਟੇ ਦੀ ਕਲਾਸ ਲਾ ਰਹੀ ਹਾਂ 1 ਦਿਨ ਵਿੱਚ ਮੈਨੂੰ ਐਟਲੀਸਟ 1 ਗੱਲ ਤਾਂ ਸਿੱਖਣ ਨੂੰ ਮਿਲੇਗੀ ਨਾ ਜੋ ਲਾਈਫਟਾਈਮ ਮੇਰੇ ਕੰਮ ਆਏਗੀ ਤਾਂ ਮੈਂ ਇਹ ਗੱਲ ਦੱਸਣਾ ਚਾਹੁੰਦੀ ਆ ਜੋ ਇੰਟਰਵਿਊ 'ਚ ਮੇਰੇ ਤੋਂ ਸਵਾਲ ਪੁੱਛੇ ਗਏ ਉਹ ਕੁਐਸਚਨ ਉਸ ਜਿਹੜੇ ਮੈਂ 2nd 3rd ਇਅਰ ਦੇ ਵਿੱਚ ਸ਼ਰਮਾ ਸਰ ਨੇ ਸਾਨੂੰ ਇੰਨੀ ਜ਼ਿਆਦਾ ਮਿਹਨਤ ਕੀਤੀ ਬੈਰੈਕ ਪੜ੍ਹਾਏ ਤਾਂ ਉਹ ਮੇਰੇ ਲਈ ਬਹੁਤ ਜ਼ਿਆਦਾ ਹੀ ਹੈਲਪਫਲ ਸਾਬਿਤ ਹੋਇਆ ਜੀ ਸੋ ਸਪੈਸ਼ਲੀ ਸ਼ਰਮਾ ਸਰ ਦਾ ਨਾਮ ਬਹੁਤ ਵਾਰ ਮੈਮ ਨੇ ਬੋਲਿਆ ਕੀ ਕਹਿਣਾ ਚਾਹਾਂਗੇ ਜੀ ਸ਼ਰਮਾ ਸੱਲੀ ਜਿਨ੍ਹਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਵਾਈ ਹੈ ਸ਼ਰਮਾ ਸਰ ਵਰਗੀ ਸਖਸ਼ੀਅਤ ਜਿਹੜੀ ਹੈ ਉਹ ਮੈਂ ਆਪਣੀ ਲਾਈਫ ਦੇ ਵਿੱਚ ਨਹੀਂ ਦੇਖੀ ਤਾਂ ਨਾ ਹੀ ਮੈਨੂੰ ਲੱਗਦਾ ਮੈਂ ਕਦੀ ਇਹੋ ਜਿਹੇ ਇਨਸਾਨ ਨਾਲ ਮੇਰਾ ਕਦੀ ਮੇਲ ਹੋਏਗਾ ਕੀ ਸਰ ਨੇ ਮਤਲਬ ਪਹਿਲੇ ਸਾਲ ਤੋਂ ਲੈ ਕੇ ਨਾ ਸਿਰਫ ਸਪੋਰਟ ਕੀਤਾ ਬਲਕਿ ਹਰ ਪਲ ਸਾਡੇ ਨਾਲ ਖੜੇ ਰਹੇ ਕੋਈ ਵੀ ਸਬਜੈਕਟ ਜਿਹੜਾ ਮਤਲਬ ਸਾਨੂੰ ਜਿਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਅਗਰ ਆਪਾਂ ਸਰ ਤੋਂ ਉਹਦੇ ਬਾਰੇ ਵੀ ਪੁੱਛਣਾ ਤਾਂ ਸਰ ਨੇ ਬਿਲਕੁਲ ਮਤਲਬ ਸਾਨੂੰ ਉਸੇ ਟਾਈਮ ਅਨਸਰ ਦੇਣਾ ਤਾਂ ਮਤਲਬ ਕਿ ਕਿਸੇ ਕਾਲਜ ਤੇ ਜਿਹੜਾ ਬੰਦਾ ਇੰਨੀ ਵੱਡੀ ਪੋਸਟ ਤੇ ਹੈ ਉਹ ਪਰਸਨਲ ਅਟੈਂਸ਼ਨ ਕਿਸੇ ਬੱਚੇ ਨੂੰ ਦਵੇ ਇਹ ਪੋਸੀਬਲ ਨਹੀਂ ਹੈ ਪਰ ਉਹ ਪਰਸਨਲ ਅਟੈਂਸ਼ਨ ਸਾਨੂੰ ਸਰ ਤੋਂ ਮਿਲੀ ਤਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਗੱਲ ਸੀ ਮੇਰੇ ਲਈ ਤਾਂ ਮੈਂ ਹੋਰ ਬੱਚਿਆਂ ਨੂੰ ਵੀ ਕਹਿਣਾ ਚਾਹੁੰਦੀ ਆ ਜੋ ਹਾਲੇ ਸੈਂਟ ਸੋਲਜਰ ਦੇ ਵਿੱਚ ਪੜ ਰਹੇ ਨੇ ਕਿ ਤੁਸੀਂ ਇਸ ਸਮੇਂ ਨੂੰ ਗਵਾ ਆਉਣਾ ਨਸ਼ਟ ਨਾ ਕਰੋ ਜੀ ਅੱਜ ਟੀਚਰਸ ਤੁਹਾਡੇ ਤੇ ਮਿਹਨਤ ਕਰ ਰਹੇ ਨੇ ਤੁਹਾਨੂੰ ਸਪੋਰਟ ਮਿਲ ਰਹੀ ਹੈ ਤਾਂ ਉਹਨੂੰ ਯੂਜ਼ ਕਰੋ ਉਹਨੂੰ ਯੂਟਿਲਾਈਜ਼ ਕਰੋ ਕਿਉਂਕਿ ਕਿਸੇ ਵੀ ਕਾਲਜ ਦੇ ਵਿੱਚ ਤੁਹਾਨੂੰ ਇਹ ਮੌਕਾ ਨਹੀਂ ਦਿੱਤਾ ਜਾਏਗਾ ਦੇਖੋ ਜੀ ਕਾਲਜ ਦਾ ਨਾਮ ਹੈ ਸੇਂਟ ਸੋਲਜਰ ਸੰਤ ਸਿਪਾਹੀ ਜੋਥੋਂ ਦੇ ਸੰਤ ਨੇ ਸਿਪਾਹੀ ਤਿਆਰ ਕਰਦੇ ਨੇ ਤੇ ਸਿਪਾਹੀ ਜਿੱਥੇ ਜਾਂਦੇ ਨੇ ਜੰਗ ਜਿੱਤ ਕੇ ਆਉਂਦੇ ਨੇ ਸੋ ਇਹ ਬੱਚੇ ਨੇ ਆਪਣੀ ਜੰਗ ਜਿੱਤੀ ਹੈ ਸੋ ਜੱਜ ਲੱਗੇ ਨੇ ਬਹੁਤ ਵੱਡੀ ਪੋਸਟ ਤੇ ਹੈ ਕੀ ਕਹਿਣਾ ਚਾਹੋਗੇ ਸਟੂਡੈਂਟਸ ਲਈ ਸਟੂਡੈਂਟਸ ਲਈ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਵੇਂ ਜਦੋਂ ਘਰ ਦੇ ਤੁਹਾਡੇ ਐਡਮਿਸ਼ਨ ਕਰਾ ਕੇ ਤੁਹਾਨੂੰ ਕਾਲਜ ਭੇਜਦੇ ਨੇ ਤਾਂ ਉਹਨਾਂ ਦਾ ਸਿਰਫ ਮਕਸਦ 3-4 ਸਾਲ ਤੁਹਾਨੂੰ ਡਿਗਰੀ ਦਿਵਾਣਾ ਨਹੀਂ ਹੁੰਦਾ ਉਹ ਬਹੁਤ ਸਾਰੇ ਸੁਪਨੇ ਸੰਜੋਗੇ ਤੁਹਾਨੂੰ ਕਾਲਜ ਦੇ ਵਿੱਚ ਭੇਜਦੇ ਨੇ ਤੇ ਜਿੱਥੇ ਮਾਪਿਓ ਆਪਣਾ ਇੰਨਾ ਪੈਸਾ ਲਗਾ ਰਹੇ ਨੇ ਆਪਣੀ ਦਿਨ ਰਾਤ ਦੀ ਕਮਾਈ ਤੁਹਾਡੇ ਤੇ ਲਗਾ ਰਹੇ ਨੇ ਉੱਥੇ ਕਿਤੇ ਨਾ ਕਿਤੇ ਤੁਹਾਡਾ ਵੀ ਫਰਜ਼ ਬੰਦਾ ਹੈ ਕਿ ਕਾਲਜ ਦੇ ਵਿੱਚ ਜਾ ਕੇ ਕੈਂਟੀਨਾਂ 'ਚ ਬੈਨ ਨਾਲੋਂ ਬੰਗ ਕਰਨ ਨਾਲੋਂ ਅਸੀਂ ਪਹਿਲੇ ਸਾਲ ਤੋਂ ਮਿਹਨਤ ਕਰੀਏ ਝੁੱਟ ਜਾਈਏ ਤੇ ਅਗਰ ਤੁਸੀਂ 4-5 ਸਾਲ ਆਪਣੀ ਜ਼ਿੰਦਗੀ ਦੇ ਆਪਣੇ ਮਤਲਬ ਟੀਚੇ ਨੂੰ ਲੋਗ ਇੱਕ ਟੀਚਾ ਮਿੱਥੋਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਕਿਸੇ ਮੁਕਾਮ ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ ਜੀ ਇੱਕ ਗੱਲ ਹੋਰ ਹੈ ਮੇਰੇ ਮਨ 'ਚ ਜੇ ਮੈਂ ਗੱਲ ਕਰਾਂ ਸਿੱਖਿਆ ਪ੍ਰਤੀ ਜਿਹਦਾ ਹੁਣ ਤੁਸੀਂ ਫੀਮੇਲ ਹੋ ਹਨਾ ਤੇ ਤੁਸੀਂ ਫੀਮੇਲ ਦਾ ਪੱਖ ਕਰੋਗੇ ਜਾਂ ਸਾਰਿਆਂ ਦਾ ਪੱਖ ਕਰੋਗੇ ਤੇ ਸਿੱਖਿਆ ਲਈ ਕੀ ਕਹਿਣਾ ਚਾਹੋਗੇ ਅ ਜਿੱਥੇ ਗੱਲ ਆਉਂਦੀ ਹੈ ਪਾਕ ਕਰਨ ਦੀ ਉੱਥੇ ਮੈਂ ਜੈਂਡਰ ਮਤਲਬ ਡਿਸਕ੍ਰਿਮੀਨੇਸ਼ਨ ਦੇ ਹੱਕ ਵਿੱਚ ਨਹੀਂ ਆ ਭਾਵੇਂ ਉਹ ਆਦਮੀ ਨਾਲ ਹੋਵੇ ਭਾਵੇਂ ਉਹ ਔਰਤ ਨਾਲ ਹੋਵੇ ਜਦੋਂ ਕਦੀ ਵੀ ਮੇਰੇ ਸਾਹਮਣੇ ਕੋਈ ਵੀ ਕੇਸ ਆਏਗਾ ਮੈਂ ਇਹ ਦੇਖਣ ਦੀ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਕਿਤੇ ਕਿਸੇ ਬੰਦੇ ਨਾਲ ਤਾਂ ਨਹੀਂ ਗਲਤ ਹੋ ਰਿਹਾ ਕਿਤੇ ਕੋਈ ਵਿਮਨ ਜਿਹੜੀ ਹੈ ਉਹਨੂੰ ਝੂਠਾ ਤਾਂ ਨਹੀਂ ਫਸਾ ਰਹੀ ਕਿਸੇ ਕੇਸ ਦੇ ਵਿੱਚ ਸੋ ਜਦੋਂ ਕੁਝ ਵੀ ਡਿਸਾਈਡ ਕਰਨਾ ਹੈ ਮੈਂ ਫੈਕਟਸ ਤੇ ਐਵੀਡੈਂਸਿਸ ਦੇ ਆਧਾਰ ਤੇ ਕਰਾਂਗੀ ਤੇ ਕੋਸ਼ਿਸ਼ ਕਰਾਂਗੀ ਕਿਸੇ ਨਾਲ ਵੀ ਅਨਿਆਇ ਜਿਹੜਾ ਉਹ ਨਾ ਹੋਵੇ ਜੀ ਤੇ ਮੈਂ ਗੱਲ ਕੀਤੀ ਸੀ ਸਿੱਖਿਆ ਬਾਰੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਿੱਖਿਆ ਜਿਹੜੀ ਹੈ ਮਤਲਬ ਬਹੁਤ ਸਾਡੇ ਕਾਲਜ ਦੇ ਵਿੱਚ ਸਹੀ ਦਿੱਤੀ ਜਾ ਰਹੀ ਹੈ ਇੱਦਾਂ ਹੀ ਜਾਰੀ ਰਵੇ ਪਰ ਬੱਚਿਆਂ ਨੂੰ ਮੈਂ ਇੱਕ ਸਲਾਹ ਜ਼ਰੂਰ ਦੇਣਾ ਚਾਹੂੰਗੀ ਕਿ ਕਾਲਜ ਦੇ ਵਿੱਚ ਤੁਹਾਨੂੰ ਜੋ ਕਰਾਇਆ ਜਾ ਰਿਹਾ ਤੁਸੀਂ ਉਹਨੂੰ ਇਸ ਪਰਸਪੈਕਟਿਵ ਨਾਲ ਪੜੋ ਕਿ ਆਪਾਂ ਇੱਕ ਜੱਜ ਬੰਨਣਾ ਹੈ ਜਾਂ ਆਪਾਂ ਇੱਕ ਚੰਗੇ ਵਕੀਲ ਬੰਨਣਾ ਹੈ ਤਾਂ ਜਿਹੜੀਆਂ ਜੱਜਮੈਂਟਾਂ ਨੇ ਉਹ ਮਤਲਬ ਆਪਾਂ ਕਾਲਜ ਦੇ ਵਿੱਚ ਉਹਨੂੰ ਫੋਕਸ ਨਹੀਂ ਕਰਦੇ ਕਿ ਕਿਵੇਂ ਆਪਾਂ ਪੜ੍ਹਨੀ ਹੈ ਤੇ ਕਾਲਜ ਟਾਈਮ ਤੇ ਤੁਹਾਨੂੰ ਆਦਤ ਪਾਣੀ ਚਾਹੀਦੀ ਹੈ ਪ੍ਰੈਕਟੀਕਲ ਅਪਰੋਚ ਨਾਲ ਪੜ੍ਹਨ ਦੀ ਤੇ ਪੂਰੀ ਜੱਜਮੈਂਟ ਪੂਰੀ ਪੜੀ ਜਾਵੇ ਕਿ ਅਗਰ ਸੁਪਰੀਮ ਕੋਰਟ ਦਾ ਕੋਈ ਫੈਸਲਾ ਹੈ ਤਾਂ ਉਹਨਾਂ ਨੇ ਇਹ ਫੈਸਲਾ ਕਿਉਂ ਦਿੱਤਾ ਇਹਦੇ ਪਿੱਛੇ ਕੀ ਰੀਜ਼ਨ ਸੀ ਜਾਂ ਜਿਹੜੇ ਵਕੀਲ ਸੀ ਸ਼ਕਤੀ ਹੈ ਉਹ ਵਧੇਗੀ ਤੇ ਸਾਡਾ ਜਜਮੈਂਟਲ ਐਨਾਲਿਟੀਕਲ ਮਾਈਂਡ ਹੋਏਗਾ ਆਪਣੇ ਕਾਲਜ ਦੇ ਚੇਅਰਪਰਸਨ ਵਾਈਸ ਚੇਅਰਪਰਸਨ ਮੈਮ ਸੰਗੀਤਾ ਚੋਪੜਾ ਦੀ ਬਹੁਤ ਧੰਨਵਾਦ ਦੀ ਹਾਂ ਜਿਨ੍ਹਾਂ ਨੇ ਨਾ ਸਿਰਫ ਮੈਨੂੰ ਸਟੱਡੀ ਦੇ ਵਿੱਚ ਸਪੋਰਟ ਕੀਤਾ ਬਲਕਿ ਫਾਈਨੈਂਸ਼ੀਅਲ ਸਪੋਰਟ ਵੀ ਉਹਨਾਂ ਵੱਲੋਂ ਮਿਲੀ ਜਦੋਂ ਮੈਂ ਕਾਲਜ ਚ ਟੌਪ ਕਰਨਾ ਮੈਨੂੰ ਚੈੱਕ ਮਿਲਦਾ ਸੀ ਕਾਲਜ ਵੱਲੋਂ ਜਿਸ ਨਾਲ ਮੇਰੀ ਜਿਹੜੀ ਫੀਸ ਹੈ ਉਹਦੇ ਵਿੱਚ ਥੋੜੀ ਹੈਲਪ ਹੋ ਜਾਂਦੀ ਸੀ ਤੇ ਇਸ ਦੇ ਨਾਲ ਹੀ ਮੈਂ ਬਾਕੀ ਬੱਚਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਤੁਸੀਂ ਵੀ ਪੜ੍ਹ ਲੈ ਕੇ ਅੱਗੇ ਆਓ ਤਾਂ ਕਿ ਅਗਰ ਤੁਹਾਡੇ ਮਾਪੇ ਜਿਹੜੇ ਨੇ ਉਹ ਅਫੋਰਡ ਨਹੀਂ ਕਰ ਸਕਦੇ ਤਾਂ ਕਾਲਜ ਵੱਲੋਂ ਤੁਹਾਨੂੰ ਪ੍ਰੋਪਰ ਜਿਹੜੀ ਹੈ ਉਹ ਹੈਲਪ ਮਿਲ ਸਕੇ ਤੇ ਕਾਲ ਤੇ ਬਹੁਤ ਸਾਰੇ ਸਾਡੇ ਕੋਲੇ ਤੇ ਬੱਚੇ ਜਿਹੜੇ ਆ ਉਹ ਨਿਕਲ ਕੇ ਆਣ ਅੱਜ ਤੱਕ ਦੋ ਜੱਜ ਨਿਕਲ ਕੇ ਆਏ ਨੇ ਅਗਲੇ ਸਾਲ 10 15 ਇਹ ਨੰਬਰ ਜਿਹੜੇ ਨੇ ਉਹ ਵਧਦੇ ਰਹਿ ਤੁਹਾਡੇ ਮਲੇ ਚ ਕੋਈ ਪਹਿਲਾਂ ਵੀ ਜੱਜ ਬਣਿਆ ਹੈ ਨਹੀਂ ਮੈਮ ਮੇਰੇ ਮਤਲਬ ਪਾਪਾ ਤੋਂ ਜਾਂ ਵੱਡਿਆਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਾਂ ਜਦੋਂ ਦੀ ਉਹਨਾਂ ਨੇ ਹੋ ਸੰਭਾਲੀ ਹੈ ਸਾਡੇ ਦੇ ਕੋਈ ਪਿੰਡ ਚੋਂ ਜਾਂ ਆਸਪਾਸ ਦੇ ਚਾਰ ਪੰਜ ਪਿੰਡਾਂ ਵਿੱਚੋਂ ਕੋਈ ਵੀ ਜਿਹੜਾ ਜੱਜ ਨਹੀਂ ਬਣਿਆ ਜੀ ਸੋ ਬਹੁਤ ਮਾਣ ਵਾਲੀ ਗੱਲ ਹੈ ਪੂਰੇ ਪੰਜਾਬ ਲਈ ਇਹਨਾਂ ਦੇ ਜ਼ਿਲ੍ਹੇ ਲਈ ਇਹਨਾਂ ਦੇ ਦਕੋਏ ਪਿੰਡ ਲਈ ਔਰ ਆਸ ਪੜੋਸ ਦੇ ਲਈ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੇ ਘਰਾਨੇ ਦੇ ਵਿੱਚੋਂ ਮਹੱਲੇ ਵਿੱਚ ਇੱਕ ਧੀ ਜੱਜ ਬਣੀ ਹੈ ਕਿੰਨੀਆਂ ਇੱਕ ਵਧਾਈਆਂ ਆ ਪੂਰੇ ਮਹੱਲੇ ਦੀਆਂ ਵਧਾਈਆਂ ਤਾਂ ਬਹੁਤ ਆਈਆਂ ਮਤਲਬ ਕੁਝ ਲੋਕ ਤਾਂ ਇੱਧਰ ਸੇ ਜਿਨ੍ਹਾਂ ਦੇ ਨੰਬਰ ਵੀ ਸਾਡੇ ਕੋਲ ਨਹੀਂ ਸੀ ਕਈਆਂ ਤਾਂ ਨੰਬਰ ਲੈ ਲੈ ਕੇ ਦੂਰ ਧਿਆਨੇ ਵੀ ਫੋਨ ਕੀਤੇ ਤੇ ਸਾਡੇ ਘਰ ਦੇ ਹਰ ਫੈਮਿਲੀ ਮੈਂਬਰ ਨੂੰ ਅਲੱਗ-ਅਲੱਗ ਵਧਾਈਆਂ ਮਿਲ ਰਹੀ ਹੈ ਫਿਰ ਆਪਾਂ ਸਾਰੇ ਮਿਲ ਕੇ ਦੱਸ ਰਹੀਆਂ ਕਿ ਅੱਜ ਉਹਨੇ ਵਧਾਈ ਦਿੱਤੀ ਆ ਜੋ ਉਹਨੇ ਦਿੱਤੀ ਬਹੁਤ ਹੀ ਜ਼ਿਆਦਾ ਵਧੀਆ ਤੇ ਮਤਲਬ ਮਾਨ ਮਹਿਸੂਸ ਕਰ ਰਹੀਆਂ ਮੈਂ ਕਦੀ ਕਿਸੇ ਨੇ ਇਦਾਂ ਕਿਹਾ ਹੋਵੇ ਕਿ ਤੁਸੀਂ ਇੰਨੇ ਗਰੀਬ ਪਰਿਵਾਰ ਦੇ ਵਿੱਚੋਂ ਕਿੱਥੇ ਐ ਇੰਨਾ ਪੈਸਾ ਲਾਓਗੇ ਕੋਈ ਹੋਰ ਕੋਰਸ ਕਰ ਲਓ ਕਦੀ ਕਿਸੇ ਨੇ ਕੋਈ ਡੀਮੋਟਿਵ ਕੀਤਾ ਹੋਵੇ हां जी मैम ਜਿੱਥੇ ਸਾਨੂੰ ਮੋਟੀਵੇਟ ਕਰਨ ਵਾਲੇ ਹੁੰਦੇ ਨੇ ਉਥੇ ਡੀਮੋਟੀਵੇਟ ਕਰਨ ਵਾਲੇ ਤਾਂ ਬਥੇਰੇ ਹੁੰਦੇ ਨੇ ਪਰ ਮੈਂ ਜਿਹੜਾ ਸੀਗਾ ਆਪਣਾ ਟੀਚਾ ਮਿੱਥਿਆ ਸੀ ਜੋ ਲੋਕ ਵੀ ਮੈਨੂੰ 네ਗੇਟਿਵ ਕਰਦੇ ਸੀ ਨਾ ਜਾਂ ਮੈਨੂੰ ਕਹਿ ਦਿੰਦੇ ਸੀ ਕਿ ਤੂੰ ਕਿਹੜੇ ਪਾਸੇ ਪਈ ਐ ਟੀਚਿੰਗ ਕਰ ਲੈ ਤੂੰ ਕੈਨੇਡਾ ਦਾ ਵੀਜ਼ਾ ਲਾ ਲੈ ਤੇਰਾ इजीली ਲੱਗ ਜਾਣਾ ਤਾਂ ਮਤਲਬ ਉਹ ਤੋਂ ਜਿਹੜਾ ਮੇਰਾ ਹੌਂਸਲਾ ਸੀਗਾ ਨਾ ਉਹ ਹੋਰ ਜ਼ਿਆਦਾ ਬੁਲੰਦ ਹੁੰਦਾ ਸੀਗਾ ਤੇ ਉਹਨੂੰ ਮੈਂ ਆਪਣੀ ਹਿੰਮਤ ਬਣਾਉਂਦੀ ਸੀ ਉਹਨਾਂ ਲੋਕਾਂ ਦੇ ਇਹ ਬੋਲ ਨੂੰ ਤੇ ਸ਼ਾਇਦ ਉਸੇ ਕਰਕੇ ਅੱਜ ਮੈਂ ਇਸ ਮੁਕਾਮ ਤੱਕ ਪਹੁੰਚ ਪਾਈ ਆ ਕਹਿੰਦੇ ਨੇ ਜਦੋਂ ਕੁੜੀਆਂ ਤਰੱਕੀ ਕਰਦੀਆਂ ਨੇ ਤਾਂ ਇੱਕ ਮਿਸਾਲ ਬਣਦੀਆਂ ਐ ਸੋ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਜੀ ਜਸਮੀਤ ਕੌਰ ਨੇ ਸੋ ਇਸ ਦੇ ਨਾਲ ਹੀ ਸੀ ਫਾਦਰ ਸਾਹਿਬ ਨਾਲ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਆਪਣੀ ਧੀ ਦੀ ਇਸ ਖਾਸ ਓਪਰਚੁਨਿਟੀ ਲਈ ਸੋ ਸਾਡੇ ਨਾਲ ਨੇ ਜਸਮੀਤ ਕੌਰ ਦੇ ਫਾਦਰ ਸਾਹਿਬ ਜੋ ਕਿ ਬਹੁਤ ਮਿਹਨਤ ਮੁਸ਼ਕਲ ਕਰਕੇ ਆਪਣੀ ਬੇਟੀ ਦੀ ਤਰੱਕੀ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਹੈ ਅਸੀਂ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਖਾਸ ਖੁਸ਼ੀ ਦੇ ਪਲ ਲਈ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜੀ ਆਪਣੀ ਬੇਟੀ ਲਈ ਦੋ ਤਿੰਨੇ ਬਹੁਤ ਮਿਹਨਤ ਕੀਤੀ ਏ ਔਰ ਪ੍ਰਮਾਤਮਾ ਨੇ ਉਹਨੂੰ ਫਲ ਦਿੱਤਾ ਏ ਔਰ ਸਾਨੂੰ ਬਹੁਤ ਖੁਸ਼ੀ ਏ ਕਿ ਸਾਡਾ ਨੇ ਨਾਂ ਉੱਚਾ ਕੀਤਾ ਏ ਜਿਹੜੇ ਕਦੇ ਸਾਨੂੰ ਨਹੀਂ ਸੀ ਬੁਲਾਉਂਦੇ ਜਾਂ ਦੂਰ ਦੇ ਸਰਦਾਰ ਸੀ ਉਹਨਾਂ ਦੇ ਵੀ ਫੋਨ ਆਏ ਨੇ ਮਨ ਬੜਾ ਖੁਸ਼ ਏ ਦੇਖੋ ਵੀ ਇਸ ਖੁਸ਼ੀ ਦੇ ਨਾਲ ਤੁਹਾਡੇ ਜਿਹੜੇ ਮਨ ਮੋਟਾਪ ਸੀ ਉਹ ਵੀ ਖਤਮ ਹੋ ਗਿਆ ਪੂਰਾ ਪਰਿਵਾਰ ਜੁੜ ਗਿਆ ਹੈਨਾ ਖੁਸ਼ੀਆਂ ਬਹੁਤ ਸਾਰੀਆਂ ਨੇ ਸੋ ਹੋਰ ਵੀ ਲੋਕ ਨੇ ਜਿਹੜੇ ਆਪਣੀ ਧੀਆ ਨੂੰ ਪੜਾਉਣਾ ਚਾਹੁੰਦੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ ਦੇਖੋ ਮੈਂ ਤਾਂ ਇਹ ਹੀ ਕਹਾਂਗਾ ਕਿ ਪ੍ਰਮਾਤਮਾ ਹਰ ਇੱਕ ਨੂੰ ਜਤੀ ਦੇਵੇ ਤੇ ਇਹਦੇ ਵਰਗੀ ਦੇਵੇ ਕਿਉਂਕਿ ਵੀ ਇਹਨੇ ਬਹੁਤ ਮਿਹਨਤ ਕੀਤੀ ਹੈ ਵਧੀਆ ਔਰ ਕੁਝ ਮਾਪੇ ਬਾਪ ਇਦਾਂ ਦੇ ਹੁੰਦੇ ਨੇ ਜਿਹੜੇ ਜਦਾਂ ਕਿਸੇ ਦੀ ਧੀ ਦੀ ਖਬਰ ਸੁਣਨੀ ਫਲਾਣੀ ਨੇ ਇਹ ਕਰਤਾ ਉਹ ਕਰਤਾ ਉਹਨੂੰ ਲੈ ਕੇ ਆਪਣੇ ਬੱਚਿਆਂ ਨੂੰ ਡਾਂਟੀ ਜਾਣਾ ਆਪਣੀਆਂ ਧੀਆਂ ਨੂੰ ਕਾਲਜ ਨਹੀਂ ਜਾਣ ਦੇਣਾ ਜਾਂ ਉਹਨਾਂ ਦੀ ਗੱਲ-ਗੱਲ ਤੇ ਨਿਗਾਹ ਰੱਖਣੀ ਇਦਾਂ ਨਹੀਂ ਪੰਜੇ ਉਂਗਲਾਂ ਕੋਈ ਨਹੀਂ ਹੁੰਦੀਆਂ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦਿਓ ਔਰ ਉਹਨਾਂ ਦੀ ਸੋਚ ਸਹੀ ਹੋਏਗੀ ਉਹਨਾਂ ਨੂੰ ਪੜ੍ਹਾਓ ਉਹਨਾਂ ਦਾ ਸਾਥ ਦਿਓ ਉਹਨਾਂ ਦੇ ਹੱਥ-ਪਾਅ ਦੇਖੋ ਜੇ ਬੱਚਾ ਪੜ੍ਹਨ ਵਾਲਾ ਹੈ ਤਾਂ ਉਹਦੀ ਪੂਰੀ ਹੈਲਪ ਕਰੋ ਬੱਚਾ ਜ਼ਰੂਰ ਤੁਹਾਡਾ ਨਾਰੋਚਨ ਕਰੇਗਾ ਸੋ ਵਾਕਈ ਸਹੀ ਗੱਲ ਹੈ ਬਹੁਤ ਵੱਡਾ ਸੁਨੇਹਾ ਹੈ ਪੂਰੇ ਆਵਾਮ ਨੂੰ ਕਿ ਤੁਸੀਂ ਆਪਣੇ ਬੱਚੇ ਤੇ ਰੋਕtham ਨਾ ਕਰੋ ਬਸ ਇਹ ਕਿ ਉਹਨੂੰ ਅੱਗੇ ਜਾਣ ਦਾ ਮੌਕਾ ਦਿਓ ਜੇ ਤੁਹਾਨੂੰ ਲੱਗਦਾ ਥੋੜਾ ਬੱਚਾ ਗਲਤ ਹੈ ਤਾਂ ਉਹਨੂੰ ਪਿਆਰ ਨਾਲ ਸਮਝਾਓ ਬੱਚੇ ਸਮਝ ਜਾਂਦੇ ਨੇ ਸੋ ਇਹ ਹੈ ਘਰ ਦਾ ਪਰਿਵਾਰ ਜੋ ਕਿ ਬਿਲਕੁਲ ਤੁਹਾਡੇ ਨਾਲ ਹੈ ਰੂਬਰੂ ਸੇਂਟ ਸੋਲ ਦੇ ਟਾਈਮ ਦੇ ਵੀ ਜਸਮੀਤ ਕੌਰ ਦੇ ਫਾਦਰ ਸਾਹਿਬ ਰੋ ਉਹਨਾਂ ਦੀ ਫੈਮਲੀ ਸੋ ਜਿਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਦਸੀਆਂ ਨੇ ਕਿ ਜਸਮੀਤ ਕੌਰ ਬਹੁਤ ਜ਼ਿਆਦਾ ਪੜ੍ਹਾਈ ਦੇ ਵਿੱਚ ਇੰਟਰਸਟ ਰੱਖਦੇ ਸੀ ਜਿਸ ਕਰਕੇ ਉਹ ਆਪਣੀ ਲਾਈਫ ਦੇ ਵਿੱਚ ਅੱਗੇ ਆਏ ਨੇ ਸੋ ਜੱਜ ਬਣਨਾ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਸੋ ਪ ਖਦਮਤ ਮੁਬਾਰਕਾ ਸੋ ਬਣੀ ਰੋ ਸੇਨ ਸੋ ザ ਟਾਈਮਸ ਨਾਲ ਮੈਂ ਕੋਮਲ ਕੈਮਰਾਮੈਨ ਵਿਨੋਦ ਨਾਲ ਤੁਹਾਨੂੰ ਸਾਡੀ ਸਟੋਰੀਆਂ ਕਿਵੇਂ ਦੀ ਲੱਗਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਫੇਸਬੁੱਕ ਇੰਸਟਾਗ੍ਰam YouTube ਤੇ ਧੰਨਵਾਦ ਮੈਨੂੰ ਇਹ ਦੱਸਦਿਆਂ ਬੜੀ ਪ੍ਰਸੰਤਾ ਹੈ ਕਿ ਸਾਡੀ ਇੱਕ ਵਿਦਿਆਰਥਣ ਜਸਮੀਤ ਕੌਰ ਉਹ ਰੀਸੈਂਟਲੀ ਜਿਹੜਾ ਰਿਜ਼ਲਟ ਆਇਆ ਹੈ ਹਰਿਆਣਾ ਜੁਡੀਸ਼ੀਅਲ ਸਰਵਿਸ ਦਾ ਜੱਜ ਦੇ ਇਮਤਿਹਾਨ ਦਾ ਉਹਦੇ ਵਿੱਚ ਸਿਲੈਕਟ ਹੋਈ ਹੈ ਬੜਾ ਚੰਗਾ ਰੈਂਕ 36 ਨੰਬਰ ਉਹਦਾ ਰੈਂਕ ਹੈ ਜਨਰਲ ਕੈਟਾਗਰੀ ਦੇ ਵਿੱਚ ਉਹਦੇ ਵਿੱਚ ਉਹਨੇ ਆਪਣੀ ਥਾਂ ਬਣਾਈ ਹੈ ਜਸਮੀਤ ਜਸਮੀਤ कौर ਜਿਹੜੀ ਹੈ ਵਿਦਿਆਰਥੀ ਦੇ ਤੌਰ ਤੇ ਵੀ ਬੜੀ ਅੱਛੀ ਮਿਹਨਤੀ ਵਿਦਿਆਰਥਣ ਸੀਗੀ ਤੇ ਉਹਦੇ ਚ ਨਾਲ ਕਲਚਰਲ ਐਕਟੀਵਿਟੀ ਚ ਵੀ ਹਿੱਸਾ ਲੈਂਦੀ ਸੀਗੀ ਉਹਨੇ ਇੱਕ ਬੜੀ ਵਧੀਆ ਸ਼ੌਕ ਸੀ ਕਿ ਉਹ ਕਵਤਾ ਲਿਖ ਕੇ ਮੈਂ ਆਪਣੇ ਆਪ ਖੁਦ ਕਵਤਾ ਲਿਖਦੀ ਸੀਗੀ ਤੇ ਉਹ ਸਾਡੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਕੰਪੀਟੀਸ਼ਨ ਹੋਏ ਉਹਨਾਂ ਚ ਵੀ ਉਹਨੇ ਹਿੱਸਾ ਲਿਆ ਤੇ ਜਸਮੀਤ कौर ਜਿਹੜੀ ਹੈ ਬੜੀ ਮਿਹਨਤੀ ਵਿਦਿਆਰਥੀ ਸੀਗੀ ਬੜੇ ਗਰੀਬ ਪਰਿਵਾਰ ਦੇ ਵਿੱਚੋਂ ਸੰਬੰਧ ਰੱਖਦੀ ਮੈਨੂੰ ਯਾਦ ਹੈ ਅੱਜ ਵੀ ਜਿਵੇਂ ਉਹ ਦਾਖਲ ਹੋਣ ਵਾਸਤੇ ਆਈ ਸੀਗੀ ਤੇ ਸਾਡੇ ਉੱਥੇ ਇੱਕ ਬਾਬਾ ਜੀ ਉਹਨਾਂ ਦੇ ਬੱਚੇ ਸਾਡੇ ਕੋਲ ਪੜ੍ਹਦੇ ਹੁੰਦੇ ਸੀਗੇ ਤੇ ਇਹਨਾਂ ਦੇ ਫਾਦਰ ਉਹਨਾਂ ਨੂੰ ਜਾਣਦੇ ਸੀਗੇ ਤੇ ਉਹਨਾਂ ਨੇ ਕਿਹਾ ਸੀ ਕੋਈ ਤੁਸੀਂ ਸਾਡੀ ਇਹਦੀ ਮਦਦ ਕਰੋ ਕੁਝ ਮੈਂ ਮਦਦ ਕਰਦਾ ਤੇ ਬੱਚੀ ਜਿਹੜੀ ਮਿਹਨਤੀ ਹੈ ਕੁਝ ਨਾ ਕੁਝ ਬਣ ਜਾਵੇ ਪਹਿਲੇ ਦਿਨ ਤੋਂ ਇਹਨੇ ਆਪਣਾ ਟਾਰਗੇਟ ਬਣਾਇਆ ਵੀ ਮੈਂ ਜੱਜ ਬਣਨਾ ਹੈ ਤੇ ਸਾਡੀਆਂ ਜਿਹੜੀਆਂ ਕਾਲਜ ਦੇ ਵਿੱਚ ਪੀਸੀਆ ਜੁਡੀਸ਼ਰੀ ਦੀਆਂ ਕਲਾਸਾਂ ਲੱਗਦੀਆਂ ਸੀਗੀਆਂ ਉਹਨੂੰ ਲਗਾਤਾਰ ਤਰੀਕੇ ਦੇ ਨਾਲ ਇਹ ਕਲਾਸਾਂ ਲਾਉਂਦੀ ਰਹੀ। ਉੱਥੇ ਇਮਤਿਹਾਨਾਂ ਦੇ ਵਿੱਚ ਵੀ ਆਪਣੇ ਚੰਗੇ ਨੰਬਰ ਖੜੇ ਤੇ ਨਾਲ ਹੀ ਮੈਨੂੰ ਖੁਸ਼ੀ ਹੋਵੇ ਪਹਿਲੀ अटेम्प्ट ਦੇ ਵਿੱਚ ਇਹ ਜਿਹੜੀ ਆ ਹਰਿਆਣਾ ਦੇ ਇਮਤਿਹਾਨ ਪਾਸ ਕਰ ਗਈ। ਕੱਲ ਨੂੰ ਜੇ ਪੰਜਾਬ ਦੇ ਵਿੱਚ ਇਮਤਿਹਾਨ ਹੋਣਾ ਹੈ ਜੇ ਉਹਦੇ 'ਚ ਵੀ ਇਹਨੇ ਅਭੀਰ ਹੋਣਾ ਹੋਇਆ ਤੇ ਅਵਸ਼ ਉਹਦੇ 'ਚ ਵੀ ਆਪਣਾ ਇਹ ਥਾਂ ਬਣਾਏਗੀ। ਤੇ ਜਿੱਥੇ ਕਿ ਮੈਂ ਇਹਨੂੰ ਜਸਮੀਤ ਕੌਰ ਨੂੰ ਤੇ ਉਹਦੇ ਪਰਿਵਾਰ ਨੂੰ ਆਪਣੇ ਵੱਲੋਂ ਆਪਣੇ ਸਾਰੇ ਸਟਾਫ ਤੇ ਮੈਨੇਜਮੈਂਟ ਵੱਲੋਂ ਮੁਬਾਰਕਬਾਦ ਦਿਨਾ ਉਥੇ ਮੈਂ ਜਿਹੜੇ ਬਾਕੀ ਬੱਚੇ ਸਾਡੇ ਕਾਲਜ ਚ ਪੜ੍ਹਦੇ ਆ ਜਿਹੜੇ ਪੀਸੀ ਜੁਡੀਸ਼ਰੀ ਦੀਆਂ ਕਲਾਸਾਂ ਲਾਉਂਦੇ ਆ ਉਹਨਾਂ ਨੂੰ ਵੀ ਕਹਿਣਾ ਹੈ ਵੀ ਇਹਨਾਂ ਤੋਂ ਸਬਕ ਸਿੱਖੋ ਤੇ ਉਹਦੇ ਨਾਲ ਉਸੇ ਤਰ੍ਹਾਂ ਤੁਸੀਂ ਮਿਹਨਤ ਕਰੋ ਤਾਂ ਕਿ ਜਿਸ ਤਰ੍ਹਾਂ ਅੱਜ ਅਸੀਂ ਇਹਨਾਂ ਬੱਚਿਆਂ ਨੂੰ ਮੁਬਾਰਕਬਾਦ ਦੇ ਰਹੇ ਆ ਇਸ ਤਰ੍ਹਾਂ ਕੱਲ ਨੂੰ ਉਹਨਾਂ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਨੂੰ ਮੁਬਾਰਕਬਾਦ ਦਈਏ ਤੇ ਉਹਨਾਂ ਦੇ ਮਾਪੇ ਵੀ ਉਹਨਾਂ ਦੇ ਜਿਹੜੇ ਜੀਵਨ ਤੋਂ ਖੁਸ਼ ਹੋ ਸਕਣ ਧੰਨਵਾਦ